ਸੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ। ਮੈਂ ਤੁਹਾਡਾ ਆਪਣਾ ਵਿਕਰਮ ਪ੍ਰੋ ਸਵਾਗਤ ਕਰਦਾ ਇੱਕ ਹੋਰ ਨਵੀਂ ਵੀਡੀਓ ਦੇ ਅੰਦਰ, ਜਿਹਦੇ ਵਿੱਚ ਅੱਜ ਆਪਾਂ ਸਿੱਖਾਂਗੇ ਕਿ ਸੈਂਪਲਿੰਗ ਕਿਵੇਂ ਕਰਨੀ ਆ। ਫੋਰ ਐਗਜ਼ਾਮਪਲ, ਕਈ ਦਿਨਾਂ ਤੋਂ ਮੈਂ ਰੀਲਾਂ ਜਿਵੇਂ ਕਰਦਾ ਸੀ ਸਕਰੋਲ ਇੰਸਟਾਗ੍ਰਾਮ 'ਤੇ ਬੈਠਾ, ਅਤੇ ਮੈਨੂੰ ਆ ਸੈਂਪਲ ਵਾਹਵਾ ਦਿਨਾਂ ਦਾ ਸ਼ੋਅ ਹੋਈ ਜਾਂਦਾ ਸੀ। ਇਹਨੂੰ ਸੁਣੋ ਇੱਕ ਵਾਰ। ਇਹਦੇ ਵਿੱਚ ਬਹੁਤ ਹੀ ਜ਼ਿਆਦਾ ਇੰਡੀਅਨ ਸਟਾਈਲ, ਜਿਵੇਂ ਸਿਤਾਰ ਯੂਜ਼ ਹੋਈ ਆ, ਬਹੁਤ ਸੋਹਣਾ ਅਲਾਪ ਆ ਵਿੱਚ ਵਿੱਚ, ਹੈ ਨਾ, ਡਰਮਸ ਯੂਜ਼ ਹੋਇਆ ਸਿਨਮੈਟਿਕ ਜੇ। ਤਾਂ ਆਪਾਂ ਟਰਾਈ ਕਰਾਂਗੇ ਕਿ ਇਹਦੇ ਨਾਲ ਆਪਾਂ ਇੱਕ ਟਰੈਪ ਟਾਈਪ ਜਾਂ ਹਿੱਪ ਹੋਪ ਬੀਟ ਬਣਾ ਕੇ ਦੇਖੀਏ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਬੇਸਿਕਲੀ ਟਟੋਰੀਅਲ ਇਹ ਹੈਗਾ, ਬੀਟ ਦਾ ਨਹੀਂ ਹੈਗਾ, ਟਟੋਰੀਅਲ ਆ ਕਿ ਤੁਸੀਂ ਸੈਂਪਲਿੰਗ ਕਿਵੇਂ ਕਰਨੀ ਆ, ਕਿ ਸੈਂਪਲ ਤੁਹਾਡੇ ਕੋਲ ਹੈਗਾ, ਕਿਉਂਕਿ ਮੋਸਟ ਆਫ ਦਾ ਸੈਂਪਲਸ ਇੱਦਾਂ ਹੀ ਹੁੰਦੇ ਆ, ਉਹਨਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ, ਠੀਕ ਹੈ ਜੀ। ਮਤਲਬ ਬਹੁਤ ਸਾਰੇ ਡਰਮਸ ਐਲੀਮੈਂਟਸ ਹੁੰਦੇ ਆ, ਥੈਂਕਸ ਟੂ ਐਫਲ ਸਟੂਡੀਓ। ਇਹਦੇ ਵਿੱਚ ਹੁਣੀ ਇੱਕ ਆਪਸ਼ਨ ਆਉਣ ਲੱਗ ਗਈ ਹੈ, ਤੁਸੀਂ ਇੱਥੇ ਸੋਰੀ ਰਾਈਟ ਕਲਿੱਕ ਕਰੋਗੇ, ਐਕਸਟਰੈਕਟ ਸਟੈਮਸ ਫਰੋਮ ਸੈਂਪਲ, ਠੀਕ ਹੈ ਜੀ। ਇਹਦੇ ਨਾਲ ਕੀ ਹੁੰਦਾ ਆ, ਇਹਨੇ ਡਰਮਸ ਐਡ ਕਰ ਦੇਣੇ ਆ, ਇੰਸਟਰੂਮੈਂਟ ਵੱਖਰੇ, ਵੋਇਸ ਵੱਖਰੀ ਕਰ ਦੇਣੀ ਆ, ਅਤੇ ਬੇਸ ਜਿਹੜੀ ਆ ਵੱਖਰੀ ਕਰ ਦੇਣੀ ਆ। ਸੋ ਇਹਦੇ ਅੰਦਰ ਆਪਾਂ ਹੁਣ ਸਭ ਤੋਂ ਪਹਿਲਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਆਪਾਂ ਕੀ ਲੱਭਣੀ ਹੈ ਇਹਦੀ ਸੈਂਪਲ ਦੀ, ਠੀਕ ਹੈ ਜੀ। ਸੋ ਕੀ ਲੱਭਣ ਦੇ ਲਈ ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਤਾਂ ਇੱਥੇ ਆਪਾਂ ਇੱਕ ਪਲੱਗਿਨ ਖੋਲ੍ਹ ਲੈਂਦੇ ਹਾਂ। ਮੈਂ ਯੂਜੂਲੀ ਕੀ ਸਕੇਪ ਯੂਜ਼ ਕਰਦਾ ਹੁੰਦਾ ਆਪਣੇ ਉਹ ਲੱਭਣ ਵਾਸਤੇ, ਜਿਵੇਂ ਕੀ ਵਗੈਰਾ, ਸਿਨੇਮੈਟਿਕ ਵਜਾ ਕੇ ਵੇਖਦੇ ਹਾਂ ਕਿ ਕਿਹੜੀ ਕੀ ਆਉਂਦੀ ਆ ਆਪਣੇ ਕੋਲ। ਸੋ ਜਿਹੜੀ ਮੇਰੇ ਕੋਲ ਕੀ ਨਿਕਲ ਕੇ ਆਈ ਆ ਉਹ ਹੈਗੀ ਆ ਏ ਪੈਰਵੀ, ਏ ਫਰੀਜਨ ਸਕੇਲ ਆਇਆ ਇਹਦਾ। ਇੱਕ ਵਾਰੀ ਆਪਾਂ ਕਾਰਡਸ ਜਿਹੜੀਆਂ ਡਰਾ ਕਰਕੇ ਦੇਖਦੇ ਹਾਂ, ਉਸ ਤੋਂ ਪਹਿਲਾਂ ਆਪਾਂ ਇਹਦਾ ਬੀ ਪੀ ਐੱਮ ਲੱਭਾਂਗੇ ਸੈਂਪਲ ਦਾ, ਵੀ ਬੀ ਪੀ ਐੱਮ ਕਿੰਨਾ ਆ। ਇੱਥੇ ਤੁਸੀਂ ਸਿੰਪਲੀ ਟੈਪ ਕਰਕੇ ਬੀ ਪੀ ਐੱਮ ਦੇ ਉੱਤੇ ਰਾਈਟ ਕਲਿੱਕ ਕਰਕੇ, ਟੈਪ ਕਰਕੇ ਤੁਸੀਂ ਆਪਣੇ ਕੀਬੋਰਡ ਦੇ ਨਾਲ, ਜਾਂ ਜੇ ਤੁਹਾਡੇ ਕੋਲ ਮਿਡੀ ਕੰਟਰੋਲਰ ਆ ਉਹਦੇ 'ਤੇ ਤੁਸੀਂ ਟੈਪ ਕਰਕੇ, ਜਿਵੇਂ ਆਪਾਂ ਚਾਰ ਕਲਿੱਕਸ ਕਰਦੇ ਹੁੰਦੇ ਹਾਂ, ਤਾਂ ਬੀ ਪੀ ਐੱਮ ਲੱਭ ਸਕਦੇ ਹੋ। ਸੋ ਜੇ ਇੱਕ ਚੀਜ਼ ਤੁਸੀਂ ਨੋਟਿਸ ਕੀਤੀ ਆ ਧਿਆਨ ਦੇ ਨਾਲ, ਇਹ ਸੈਂਪਲ ਦੇ ਵਿੱਚ ਅਲਾਪ ਦੇ ਪਿੱਛੇ ਇੱਕ ਸ਼ੇਕਰ ਚੱਲਣ ਦਿਆ ਆ, ਧਿਆਨ ਨਾਲ ਸੁਣਿਓ। ਸੋ ਉਹ ਸ਼ੇਕਰ ਵੀ ਤਾਂ ਹੀ ਚਲਾਇਆ ਗਿਆ ਕਿਉਂਕਿ ਜਿਹੜਾ ਗਾਉਂਦਾ ਹੈ ਜਾਂ ਜਿੰਨੇ ਵੀ ਉੱਥੇ ਪ੍ਰਕਾਸ਼ਨਿਸਟ ਇੰਸਟਰੂਮੈਂਟਲਿਸਟ ਬੈਠੇ ਆ, ਉਹ ਸਾਰੇ ਇੱਕ ਸਿੰਕ ਦੇ ਵਿੱਚ ਰਹਿਣ, ਠੀਕ ਹੈ ਜੀ। ਸੋ ਉਹਦੀ ਹੈਲਪ ਦੇ ਨਾਲ ਹੀ ਆਪਾਂ ਬੀ ਪੀ ਐੱਮ ਲੱਭਿਆ ਤਾਂ ਆਪਣੇ ਕੋਲ 140 ਆਇਆ। ਹੋ ਸਕਦਾ ਕਿਤੇ ਕਿਤੇ ਆਪਾਂ ਨੂੰ ਇਹਨੂੰ ਸਟ੍ਰੈਚ ਕਰਕੇ ਇੱਧਰ ਉੱਧਰ ਕਰਨਾ ਪਵੇ, ਬਟ ਫਿਲਹਾਲ ਦੀ ਘੜੀ ਆਪਣੇ ਕੋਲ 140 ਆਇਆ। ਇਹਨੂੰ ਆਪਾਂ ਸੈੱਟ ਕਰਕੇ ਇੱਕ ਵਾਰੀ ਕਾਰਡਸ ਲੇਅਰ ਕਰਦੇ ਹਾਂ। ਸੋ ਇੱਥੇ ਆਪਣਾ ਸੈਂਪਲ ਸਟਾਰਟ ਹੁੰਦਾ ਹੈ ਇੱਥੇ। ਸੋ ਇਹਨੂੰ ਆਪਾਂ ਨੰਨ 'ਤੇ ਜਾ ਕੇ
ਇੱਥੇ ਇੱਕ ਵਾਰੀ ਸੁਣਦੇ ਹਾਂ, ਇਹਨੂੰ ਕੱਟ ਕਰ ਦਿੰਦੇ ਹਾਂ ਪਿਛਲੇ ਹਿੱਸੇ ਨੂੰ ਸਾਰੇ ਨੂੰ। ਠੀਕ ਹੈ ਜੀ, ਇਹ ਆਪਣੇ ਕੋਲ ਆਇਆ ਆ। ਇੱਕ ਵਾਰੀ ਕੋਡਸ ਲੇਅਰ ਕਰਾਂਗੇ ਆਪਾਂ ਨੂੰ ਅਸ਼ਿਓਰਿਟੀ ਦੇ ਲਈ ਕਿ ਆਪਣਾ ਜਿਹੜਾ ਸਕੇਲ ਆ ਉਹ ਏ ਪੈਰਵੀ ਆ। ਠੀਕ ਹੈ, ਸੋ ਇਹ ਪਾਰਟ ਮੈਂ ਹੋ ਸਕਦਾ ਸਕਿੱਪ ਕਰਦਾ, ਤਾਂ ਤੁਸੀਂ ਵੀ ਇੱਦਾਂ ਕੋਡਸ ਡਰੋ ਕਰਕੇ ਦੇਖ ਲੈਣੀਆਂ ਨਾਲ। ਸੋ ਹਾਂਜੀ, ਐਕਚੁਲੀ ਏ ਪੈਰਵੀ ਇਹਦਾ ਸਕੇਲ ਨਹੀਂ ਸੀ ਹੈਗਾ, ਸਕੇਲ ਇਹਦਾ ਹੈਗਾ ਡੀ ਮਾਈਨਰ। ਸੋ ਇਹ ਰਿਲੇਟਿਵ ਸਕੇਲ ਹੀ ਆ, ਮਤਲਬ ਜੇ ਤੁਸੀਂ ਏ ਪੈਰਵੀ ਦੀਆਂ ਕੀਜ਼ ਦੇਖੋਗੇ ਤਾਂ ਉਹ ਸੇਮ ਐਜ਼ ਡੀ ਮਾਈਨਰ ਆ। ਠੀਕ ਹੈ ਜੀ, ਸੋ ਇੱਕ ਵਾਰੀ ਕੋਡਸ ਸੁਣ ਲਓ ਤੁਸੀਂ। ਠੀਕ ਹੈ ਜੀ, ਸੋ ਹੁਣ ਇਹਦੇ ਵਿੱਚ ਉਹ ਆਪਾਂ ਅਕੋਰਡਿੰਗ ਟੂ ਮਾਈਨਰ ਸਕੇਲ, ਚਲੋ ਵਧੀਆ ਗੱਲ ਆ, ਆਪਾਂ ਨੂੰ ਉੱਦਾਂ ਦੀ ਫੀਲ ਮਿਲ ਜੂਗੀ ਥੋੜ੍ਹੀ ਵਧੀਆ। ਆਪਾਂ ਇਹਦੇ ਵਿੱਚੋਂ ਕੁਛ ਵਧੀਆ ਪਾਰਟਸ ਜਿਹੜੇ ਉਹ ਲੂਪ ਕਰਾਂਗੇ, ਸਿਲੈਕਸ਼ਨ ਕਰਾਂਗੇ ਸੈਂਪਲ ਦੀ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਇਹਨੂੰ ਚੌਪ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਆਹੀ ਪਾਰਟ ਮੈਨੂੰ ਵਧੀਆ ਲੱਗਾ ਲਾਪ ਵਾਲਾ। ਸੋ ਇਹਨੂੰ ਆਪਾਂ ਰੱਖਾਂਗੇ, ਤੁਸੀਂ ਮੈਟਰੋਨਮ ਨਾਲ ਔਨ ਰੱਖਣਾ ਕਿਉਂਕਿ ਇਹਦੇ ਨਾਲ ਤੁਹਾਨੂੰ ਪਤਾ ਲੱਗਦਾ ਰਹੂਗਾ ਵੀ ਸੈਂਪਲ ਬੀ ਪੀ ਐਮ ਦੇ ਵਿੱਚ ਹੈਗਾ ਜਾਂ ਨਹੀਂ। ਸੋ ਇੱਥੋਂ ਆਪਾਂ ਆਹ ਪਾਰਟ ਲਵਾਂਗੇ। ਇਹਨੂੰ ਥੱਲੇ ਲੈ ਕੇ ਜਾਂਦੇ ਹਾਂ ਕਿਉਂਕਿ ਜਿੰਨੀ ਵੀ ਆਪਾਂ ਸਿਲੈਕਸ਼ਨ ਆ ਸਾਰੀ ਥੱਲੇ ਰੱਖਣੀ ਆ। ਇਹਨੂੰ ਆਪਾਂ ਥੋੜ੍ਹਾ ਸ਼ਿਫਟ ਦੱਬ ਕੇ ਐਡਜਸਟ ਕਰ ਲਾਂਗੇ। ਹੁਣ ਆ ਇੱਥੇ ਮੈਂ ਥੋੜ੍ਹੇ ਥੋੜ੍ਹੇ ਫੇਡ ਤਾਂ ਦਿੱਤੇ ਆ ਤਾਂ ਕਿ ਜਿਹੜੀ ਕਲਿੱਕ ਦੀ ਸਾਊਂਡ ਆ ਉਹ ਨਾ ਆਵੇ, ਆ ਬੜੀ। ਠੀਕ ਹੈ ਜੀ, ਸੋ ਥੋੜ੍ਹਾ ਜਿਹਾ ਫੇਡ ਦੇਣ ਦੇ ਨਾਲ ਜਿਹੜੀ ਕਲਿੱਕ ਦੀ ਸਾਊਂਡ ਉਹ ਹਟ ਜਾਂਦੀ ਆ। ਸੋ ਅੱਗੇ ਸੁਣਦੇ ਹਾਂ। ਸੋ ਇੱਕ ਜਿਹੜੀ ਆ ਇਹ ਮੈਨੂੰ ਵਧੀਆ ਲੱਗੀ ਆ, ਇਹਨੂੰ ਆਪਾਂ ਥੋੜ੍ਹਾ ਜਿਹਾ ਥੱਲੇ ਲੈ ਕੇ ਜਾਂਦੇ ਹਾਂ। ਤੁਹਾਡੀ ਸਿਲੈਕਸ਼ਨ ਦੇ ਉੱਤੇ ਆ ਵੀ ਤੁਸੀਂ ਸੈਂਪਲ ਨੂੰ ਕਿੱਦਾਂ ਦਾ ਚਾਹੁੰਦੇ ਹੋ, ਹੈ ਨਾ, ਜਿਹੜੇ ਪਾਰਟ ਮੈਨੂੰ ਨਹੀਂ ਚਾਹੀਦੇ ਉਹ ਮੈਂ ਡਿਲੀਟ ਕਰੀ ਜਾਂਦਾ ਹਾਂ। ਆਪਾਂ ਇੱਕ 8 ਬਾਰ ਦਾ ਸੈਂਪਲ ਬਣਾਵਾਂਗੇ, ਆਪਾਂ ਇਹ ਨਹੀਂ ਹੈਗਾ ਵੀ ਸਾਰਾ ਹੀ ਯੂਜ਼ ਕਰਾਂਗੇ। ਆਪਾਂ ਵਿੱਚੋਂ ਪਾਰਟਸ ਸਿਲੈਕਟ ਕਰਕੇ ਉਹਨਾਂ ਨੂੰ ਇੱਕ ਮੈਲੋਡੀ ਤਰ੍ਹਾਂ ਬਣਾ ਕੇ ਫਿਰ ਆਪਾਂ ਉਹਦੇ ਉੱਤੇ ਬੀਟ ਬਣਾਵਾਂਗੇ। ਠੀਕ ਹੈ ਜੀ, ਇੱਦਾਂ ਐਡਜਸਟ ਕਰ ਲਓ ਥੋੜ੍ਹਾ ਥੋੜ੍ਹਾ। ਸੋ
ਸੋ ਇੱਕ ਹੁਣ ਜਿਹੜੀ ਇੱਥੇ ਆ ਮੈਨੂੰ ਪ੍ਰੋਬਲਮ ਕੀ ਆਉਣ ਦੀ ਆ, ਮੇ ਬੀ ਤੁਹਾਨੂੰ ਵੀ ਆ ਸਕਦੀ ਹੈ, ਇੱਕ ਇੱਕ ਵਾਰੀ ਸੁਣੋ ਇਹਨੂੰ ਤੁਸੀਂ। ਹੁਣ ਮੈਨੂੰ ਜਿਹੜੀ ਇੱਥੇ ਆ ਵਿਆ, ਇੱਥੇ ਇਹਦੇ ਵਿੱਚ ਇੱਕ ਡਰੰਮ ਜਿਹਦਾ ਸੈਂਪਲ ਆ ਉਹ ਮੈਨੂੰ ਨਹੀਂ ਚਾਹੀਦਾ, ਸੋ ਮੈਂ ਕੀ ਟਰਾਈ ਕਰਦਾ ਇਹਨੂੰ ਐਵੇਂ ਕਰਕੇ ਐਕਸਟ੍ਰੈਕਟ ਸਿਸਟਮਸ, ਇਹ ਫੀਚਰ ਦਾ ਇਹ ਬਹੁਤ ਫਾਇਦਾ ਆ। ਦੇਖਦੇ ਹਾਂ ਆਪਾਂ ਇਹ ਕੰਮ ਕਰਦਾ ਕਿ ਨਹੀਂ ਕਰਦਾ, ਆਮ ਨੋਟ ਸ਼ੋਰ ਕਰੂਗਾ ਕਿ ਨਹੀਂ, ਬਟ ਸਟਿਲ ਆਪਾਂ ਦੇਖ ਲੈਂਦੇ ਹਾਂ। ਸੋ ਇਹਨੇ ਆ ਡਰੰਮਸ ਅੱਡ ਕਰਤੇ ਆ, ਠੀਕ ਹੈ ਜੀ, ਆਹ ਬੇਸ ਹੋ ਗਈ, ਆਹ ਆਪਣੀ ਸਿਤਾਰ, ਓਕੇ। ਸੋ ਨਿਕਲ ਹੀ ਆਈ ਆ, ਬੜੀ ਚੰਗੀ ਗੱਲ ਆ, ਆਪਾਂ ਇਹਨੂੰ ਐਕਸਟਰੈਕਟ ਕਰਕੇ ਇਹਦੇ ਉੱਤੇ ਰੱਖ ਦਾਂਗੇ। ਇੱਥੋਂ ਆਪਾਂ ਇਹਨੂੰ ਕੱਟ ਲਾ ਦਾਂਗੇ, ਇੱਥੋਂ ਫੇਡ ਦੇ ਦਾਂਗੇ ਥੋੜ੍ਹਾ ਜਿਹਾ, ਸੁਣਦੇ ਹਾਂ ਹੁਣ ਇੱਕ ਵਾਰੀ। ਓਕੇ, ਹੁਣ ਆਪਾਂ ਇਹਦੇ ਅੱਗੇ ਮੈਲੋਡੀ ਚੂਜ਼ ਕਰਨੀ ਆ, ਉਹ ਦੇਖਦੇ ਹਾਂ ਕਿਹੜੀ ਆਊਗੀ। ਮੈਨੂੰ ਲੱਗਦਾ ਵੀ ਇਹ ਆਪਣਾ ਪਰਫੈਕਟਲੀ ਬੈਠੂਗੀ ਉਹਦੇ 'ਤੇ, ਕਿਉਂਕਿ ਇਹਦੇ ਵਿੱਚ ਥੋੜ੍ਹਾ ਜਿਹਾ ਫਲੋ ਜਿਹਾ ਆ, ਘੁਮਾ ਕੇ ਜੇ ਮਾਰੀ ਹੋਈ ਆ ਸਿਤਾਰ, ਠੀਕ ਹੈ ਜੀ, ਉਹਦੀਆਂ ਸਟ੍ਰਿੰਗਸ ਨੂੰ ਛੇੜਿਆ ਹੋਇਆ, ਉੱਦਾਂ ਬਹੁਤ ਸੋਹਣੀ ਵਜਾਈ ਹੋਈ ਆ। ਇੱਕ ਵਾਰੀ ਇਹਨੂੰ ਐਡਜਸਟ ਕਰਕੇ ਵੇਖਦੇ ਹਾਂ ਆਪਾਂ, ਕਿਤੇ ਇਹਨੂੰ ਥੋੜ੍ਹਾ ਜਿਹਾ ਸੈੱਟ ਕਰ ਲਈਏ ਟਾਈਮ ਦੇ ਨਾਲ, ਅਤੇ ਇੱਥੇ ਲਾ ਕੇ ਦੇਖਦੇ ਹਾਂ। ਸੋ ਇਹ ਐਵੇਂ ਆਪਣੀ ਮੈਨੂੰ ਲੱਗਦਾ ਫਿੱਟ ਆਊਗੀ, ਇੱਕ ਵਾਰੀ ਸੁਣਦੇ ਹਾਂ। ਜਾਂ ਇਹਨੂੰ ਉਹੀ ਵੀ ਐਵੇਂ ਕਰਕੇ ਦੇਖ ਲੈਂਦੇ ਹਾਂ, ਇਹ ਇੱਦਾਂ ਪਰ ਉਹੀ ਪਿੱਛੇ ਫਿਰ ਡਰੰਮ ਜਿਹਦੀ ਆਵਾਜ਼ ਆਉਂਦੀ ਆ, ਇਹਨੂੰ ਸਲਾਈਸ ਟੂਲ ਵੀ ਕਹਿ ਦਿੰਦੇ ਆ, ਜਿਹੜੀ ਮੈਂ ਇੱਦਾਂ ਨਾ ਸ਼ਿਫਟ ਦੱਬ ਕੇ ਇਹਨੂੰ ਅੱਗੇ ਪਿੱਛੇ ਸਕਰੋਲ ਕਰੀ ਜਾਣਾ, ਤੁਸੀਂ ਜਿਹੜਾ ਸਲਾਈਸ ਟੂਲ ਆ ਇਹਦੇ ਨਾਲ ਵੀ ਕਰ ਸਕਦੇ ਹੋ, ਠੀਕ ਹੈ ਜੀ, ਐਸ ਦੱਬ ਕੇ ਆ ਜਾਂਦਾ ਆ ਇਹ। ਇੱਥੇ ਫਿੱਟ ਨਹੀਂ ਆਈ, ਆਪਾਂ ਇਹਨੂੰ ਉਹੀ ਇਹ ਇੱਦਾਂ ਹੀ ਰੱਖਦੇ ਹਾਂ। ਓਕੇ, ਸੋ ਇਹ ਆਪਣਾ ਕੰਪਲੀਟ ਹੋ ਗਿਆ, ਇਹਨੂੰ ਇੱਕ ਵਾਰੀ ਆਪਾਂ ਰਿਪੀਟ ਕਰਕੇ ਦੇਖਦੇ ਹਾਂ ਕਿਵੇਂ ਦਾ ਲੱਗਦਾ ਹੈ। ਓਕੇ, ਇਹ ਫਿਲਹਾਲ ਦੀ ਘੜੀ ਠੀਕ ਆ, ਮੈਨੂੰ ਵਧੀਆ ਲੱਗੀ ਜਾਂਦਾ,
ਬਟ ਆਪਾਂ ਇੱਕ ਹੋਰ ਚੀਜ਼ ਟਰਾਈ ਕਰ ਸਕਦੇ ਹਾਂ, ਇਹਨੂੰ ਇਹਦੇ ਨਾਲ ਰਿਪਲੇਸ ਕਰਕੇ ਦੇਖਦੇ ਹਾਂ। ਪਰ ਮੈਂ ਸੋਚਦਾ ਇਹਨੂੰ ਇੱਥੇ ਨਹੀਂ, ਇਹਨੂੰ ਆਪਾਂ ਇੱਕ ਕੰਮ ਕਰਦੇ ਹਾਂ ਇੱਥੇ ਲਾਸਟ 'ਤੇ ਲਾ ਦਿੰਦੇ ਹਾਂ, ਕਿਉਂਕਿ ਸੈਂਪਲਿੰਗ ਦੇ ਵਿੱਚ ਇਹੀ ਆ ਵੀ ਤੁਸੀਂ ਲਾ ਲਾ ਕੇ ਦੇਖਣਾ, ਜਿਹੜੀ ਚੀਜ਼ ਜਿਵੇਂ ਤੁਹਾਨੂੰ ਵਧੀਆ ਲੱਗਦੀ ਆ ਉਵੇਂ ਉਹਨੂੰ ਫਿੱਟ ਕਰ ਦਿਉ। ਓਕੇ, ਸੋ ਹਾਂ ਇਹ ਲਾਸਟ ਦੇ ਵਿੱਚ ਜਦੋਂ ਦੁਬਾਰਾ ਸਿਤਾਰ ਰਿਪੀਟ ਹੁੰਦੀ ਆ ਉੱਥੇ ਸੋਹਣਾ ਲੱਗਦਾ ਹੈ। ਸੇਵ ਕਰਦੇ ਹਾਂ ਭਾਈ, ਖੜ ਜਾ, ਠੀਕ ਹੈ ਜੀ। ਅਤੇ ਇੱਦਾਂ ਤੁਸੀਂ ਆਪਣਾ ਕੱਟ ਕਰ ਕਰਕੇ ਦੇਖਣਾ। ਸੋ ਵੈਰੀ ਕੁਇਕ ਮੈਂ ਇੱਕ ਵਧੀਆ ਜਿਹਾ ਸੈਂਪਲ ਲੱਭਦਾ ਹਾਂ, ਤਾਂ ਕਿ ਵੀਡੀਓ ਬਹੁਤ ਲੰਬੀ ਨਾ ਹੋ ਜਾਵੇ, ਪਹਿਲਾਂ ਹੀ ਬਹੁਤ ਟਾਈਮ ਹੋ ਗਿਆ, ਠੀਕ ਹੈ ਜੀ। ਤੁਹਾਨੂੰ ਇੱਕ ਆਈਡੀਆ ਹੋ ਗਿਆ ਵੀ ਤੁਸੀਂ ਇੱਦਾਂ ਸੈਂਪਲ ਬਣਾ ਲੈਣਾ ਆ, ਉਹਦੇ ਵਿੱਚ ਕਰਨਾ ਕੀ ਆ, ਸਲਾਈਸ ਵਗੈਰਾ, ਹੈ ਨਾ। ਸੋ ਇਹਨੂੰ ਆਪਾਂ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਇਹਦੀ ਪਿੱਚ ਵੀ ਚੇਂਜ ਕਰਾਂਗੇ, ਤਾਂ ਥੋੜ੍ਹੇ ਜਿਹੇ 'ਤੇ ਇਫੈਕਟ ਲਾਵਾਂਗੇ। ਉਹਦੇ ਵਾਸਤੇ ਵੀਡੀਓ 'ਚ ਬਣੇ ਰਹੋ, ਸਾਰੀ ਵੀਡੀਓ ਦੇਖਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਜੇ ਤੁਹਾਨੂੰ ਇੱਦਾਂ ਦੇ ਟਿਊਟੋਰੀਅਲ ਹੀ ਵਧੀਆ ਲੱਗਦੇ ਆ, ਠੀਕ ਹੈ ਜੀ। ਸੋ ਆ ਜਾਓ, ਮੈਂ ਤੁਹਾਨੂੰ ਇੱਕ ਸੈਂਪਲ ਤਿਆਰ ਕਰਕੇ ਹੋਰ ਦਿਖਾ ਦਿੰਦਾ। ਸੋ ਹਾਂਜੀ, ਮੈਨੂੰ ਸਾਰੀਆਂ ਸੈਂਪਲਿੰਗ ਦੇ ਵਿੱਚੋਂ ਇੱਕ ਤਾਂ ਲਾਪ ਪਸੰਦ ਆਇਆ ਸੀ ਜਿਹੜਾ ਤੁਸੀਂ ਸੁਣਿਆ ਹੀ ਆ। ਉਸ ਤੋਂ ਬਾਅਦ ਆਪਾਂ ਸੈਂਪਲ ਬਣਾ ਲਿਆ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਮੈਂ ਆਹ ਸੈਂਪਲ ਬਣਾਇਆ ਆ, ਇਹ ਇੱਦਾਂ ਨਹੀਂ ਸੀ ਹੈਗਾ, ਵਿੱਚ ਤੁਸੀਂ ਦੇਖੋਗੇ ਛੋਟੇ ਛੋਟੇ ਪੀਸ ਮੈਂ ਇੱਧਰ ਉੱਧਰੋਂ ਚੁੱਕ ਕੇ ਲਾਏ ਆ। ਉਸ ਤੋਂ ਬਾਅਦ ਅਖੀਰ ਦੇ ਵਿੱਚ ਮੈਂ ਆਹ ਬਣਾਇਆ ਆ, ਇਹ ਵੀ ਤੁਸੀਂ ਦੇਖੋਗੇ ਮੈਂ ਕੰਸੋਲੀਡੇਟ ਕੀਤਾ। ਇਹ ਵੀ ਮੈਂ ਛੋਟੇ ਛੋਟੇ ਪੀਸਿਸ ਕਰਕੇ, ਇੱਦਾਂ ਹੀ ਬਹੁਤ ਛੋਟੇ ਸੀਗੇ ਤਾਂ ਕਰਕੇ ਮੈਨੂੰ ਇੱਕ ਆਡੀਓ ਫਾਈਲ ਦੇ ਵਿੱਚ ਕੰਸੋਲੀਡੇਟ ਕਰ ਲਿਆ। ਸੋ ਹੁਣ ਇਹਦੇ ਵਿੱਚ ਮੈਨੂੰ ਆ ਡਰਮਸ ਨਹੀਂ ਚਾਹੀਦੇ, ਮੈਂ ਕੀ ਕਰੂੰਗਾ, ਐਕਸਟਰੈਕਟ, ਸਾਰਾ ਕੁਛ ਹੀ ਤੁਸੀਂ ਸਿਲੈਕਟ ਕਰ ਲੈਣਾ, ਇਹਨੇ ਵੱਖਰਾ ਵੱਖਰਾ ਐਕਸਟਰੈਕਟ ਕਰ ਦੇਣਾ ਆਪਾਂ ਨੂੰ। ਸੋ ਇਹ ਆਪਣੇ ਕੋਲ ਐਕਸਟਰੈਕਟ ਹੋ ਕੇ ਆ ਗਿਆ। ਇੱਕ ਵਾਰੀ ਸੁਣਦੇ ਹਾਂ ਇਹਦੇ 'ਚ ਕੀ ਕੁਛ ਆ, ਡਰਮਸ ਦੇ ਵਿੱਚ ਕੀ ਨਿਕਲਿਆ ਆਪਣੇ ਕੋਲ। ਹੁਣ ਜੇ ਮੈਨੂੰ ਲੋਡ ਪਈ ਐਜ਼ ਅ ਇਫੈਕਟ, ਐਜ਼ ਅ ਸਟੋਂਪ, ਐਜ਼ ਅ ਹੈ ਨਾ ਕਿੱਕ ਫਿਲਰ, ਡਰਮ ਫਿਲਰ, ਜੇ ਲਾਉਣ ਦੀ ਲੋੜ ਪਈ ਤਾਂ ਮੈਂ ਇਹ ਬੀਟ ਦੇ ਵਿੱਚ ਯੂਜ਼ ਕਰ ਸਕਦਾ, ਠੀਕ ਹੈ ਜੀ। ਆ ਬੇਸ ਆ, ਇਹਦੀ ਆਪਾਂ ਨੂੰ ਲੋੜ ਨਹੀਂ, ਡਿਲੀਟ ਕਰਾਂਗੇ। ਸੋ ਤੁਸੀਂ ਦੇਖਿਆ ਕਿ ਚੰਗੀ ਤਰ੍ਹਾਂ ਜਿਹੜੀ ਸਿਤਾਰ ਆ ਇੱਥੋਂ ਐਕਸਪੋਰਟ ਨਹੀਂ ਹੋਈ, ਤਾਂ ਇਹ ਕੋਈ ਐਡਾ ਰੌਲਾ ਨਹੀਂ ਹੈਗਾ, ਕਿਉਂਕਿ ਇਹ ਐਜ਼ ਅ ਮੈਨੂੰ ਬੈਕਗਰਾਊਂਡ ਫਿਲਰ ਹੀ ਚਾਹੀਦਾ ਸੀਗਾ। ਥੱਲੇ ਆ ਵੋਕਲਸ ਆ, ਇਹਦੀ ਆਪਾਂ ਨੂੰ ਲੋੜ ਨਹੀਂ, ਠੀਕ ਹੈ ਜੀ। ਸੋ ਆਪਾਂ ਹੁਣ ਦੇਖਦੇ ਹਾਂ, ਸਟਾਰਟ ਕਰਦੇ ਹਾਂ ਬੀਟ ਬਣਾਉਣੀ। ਆ ਜਿਹੜਾ ਲਾਪ ਆ ਇਹਨੂੰ ਹਜੇ ਆਪਾਂ ਸਾਈਡ 'ਤੇ ਰੱਖਦੇ ਹਾਂ, ਇਹਦਾ ਕੁਛ ਨਹੀਂ ਕਰਾਂਗੇ। ਇਹਦੇ ਵਿੱਚ ਮੈਨੂੰ ਐਂ ਫੀਲ ਹੁੰਦਾ ਸੀ ਵੀ ਜਿਹੜੀ ਆ ਪਿਕਅਪ ਆ ਇੱਥੇ, ਇਹ ਕਿਤੇ ਕੰਮ ਆ ਸਕਦੀ ਆ, ਬਟ ਹਜੇ ਆਪਾਂ ਨਹੀਂ ਦੇਖਾਂਗੇ, ਕਿਉਂਕਿ ਸਭ ਤੋਂ ਪਹਿਲਾਂ ਆਪਾਂ ਬੀਟ ਹੀ ਬਣਾ ਕੇ ਦੇਖਦੇ ਹਾਂ, ਠੀਕ ਹੈ ਜੀ। ਸੋ ਐਜ਼ ਅ ਹੁੱਕ ਲਾਈਨ ਸੈਂਪਲ ਮੈਂ ਸਾਰਿਆਂ ਨੂੰ ਬੰਦ ਕਰ ਦਿੰਦਾ ਪਹਿਲਾਂ ਤਾਂ, ਇਹਨੂੰ ਐਕਸਪੋਰਟ ਕਰਦਾ ਕਿਉਂਕਿ ਇਹਨੂੰ ਚੂਜ਼ ਕੀਤਾ ਸੀ ਮੈਂ। ਠੀਕ ਹੈ ਜੀ।
ਸੋ ਇਹਨੂੰ ਹੁਣ ਆਪਾਂ ਇੱਕ ਆਡੀਓ ਫਾਈਲ ਦੇ ਵਿੱਚ ਐਕਸਪੋਰਟ ਕਰ ਲਾਂਗੇ। ਐਕਸਪੋਰਟ ਹੋ ਗਿਆ ਆ, ਇਹਨਾਂ ਨੂੰ ਆਪਾਂ ਕਰ ਦਿੰਦੇ ਹਾਂ ਡਿਲੀਟ। ਇਹਦੇ ਨਾਲ ਥੋੜ੍ਹੇ ਜਿਹੇ ਪੰਗੇ ਲੈ ਕੇ ਵੇਖਦੇ ਹਾਂ ਕਿ ਕੀ ਬਣਦਾ ਆ। ਇਹਨੂੰ ਟੌਪ 'ਤੇ ਲੈ ਜਾਂਦੇ ਆਪਾਂ। ਸਭ ਤੋਂ ਪਹਿਲਾਂ ਆਪਾਂ ਇਹਦੀ ਪਿੱਚ ਛੇੜਾਂਗੇ, ਕਿਉਂਕਿ ਇਹ ਹੈਗਾ ਸੀਗਾ ਡੀ ਦੇ ਉੱਤੇ, ਠੀਕ ਹੈ ਜੀ। ਇਹਨੂੰ ਆਪਾਂ ਥੋੜ੍ਹਾ ਜਿਹਾ ਡਾਊਨ ਕਰਕੇ ਵੇਖਦੇ ਹਾਂ। ਇਹਨੂੰ ਡੀ ਸ਼ਾਰਪ 'ਤੇ ਕਰਕੇ ਦੇਖਦੇ ਹਾਂ ਜਾਂ ਈ 'ਤੇ ਕਰਕੇ ਦੇਖਦੇ ਹਾਂ। ਇੱਥੇ ਠੀਕ ਹੈ, ਇੱਥੇ ਮੈਨੂੰ ਵਧੀਆ ਲੱਗਾ ਹੈ ਸੁਣਨ ਦੇ ਵਿੱਚ। ਸੋ ਇਹਨੂੰ ਆਪਾਂ ਆਪਣੇ ਮਿਕਸਰ ਦੇ ਵਿੱਚ ਰਾਊਟ ਕਰਦੇ ਹਾਂ, ਪੁਰਾਣੇ ਡਰਮਸ ਡਿਲੀਟ ਕਰ ਦਈਏ, ਠੀਕ ਹੈ ਜੀ। ਮਿਕਸਰ ਦੇ ਵਿੱਚ ਰਾਊਟ ਕਰਕੇ ਆਲਟ ਪਲੱਸ ਡਿਲੀਟ ਦੱਬ ਕੇ ਤੁਸੀਂ ਕਰ ਸਕਦੇ ਇੱਦਾਂ ਡਿਲੀਟ। ਮਿਕਸਰ ਦੇ ਵਿੱਚ ਰਾਊਟ ਕਰਕੇ ਇਹਦੇ ਨਾਲ ਹੁਣ ਲੈ ਕੇ ਦੇਖਦੇ ਹਾਂ, ਇਹਨੂੰ ਥੋੜ੍ਹਾ ਜਿਹਾ ਪ੍ਰੋਸੈਸ ਕਰਦੇ ਹਾਂ, ਅਤੇ ਮੈਂ ਤੁਹਾਨੂੰ ਪ੍ਰੋਸੈਸਿੰਗ ਕਰਨ ਤੋਂ ਬਾਅਦ ਦੱਸਦਾ ਹਾਂ ਵੀ ਮੈਂ ਕੀ ਕੁਛ ਕੀਤਾ ਆ। ਸੋ ਹਾਂਜੀ, ਇਹ ਆਪਣਾ ਸੈਂਪਲ ਦਾ ਇੱਦਾਂ ਦਾ ਹੋ ਗਿਆ। ਹੁਣ ਤੁਸੀਂ ਸੁਣੋ ਇੱਕ ਵਾਰ ਬਿਫੋਰ ਐਂਡ ਆਫਟਰ। ਇਹ ਆਫਟਰ ਆ, ਠੀਕ ਹੈ ਜੀ। ਇਹਦੇ ਉੱਤੇ ਮੈਂ ਕੀ ਕੀਤਾ ਆ, ਪਹਿਲਾਂ ਇਹਨੂੰ ਥੋੜ੍ਹਾ ਜਿਹਾ ਈਕਿਊ ਕੀਤਾ, ਉਸ ਤੋਂ ਬਾਅਦ RC20 ਕਲਰ ਲਾਇਆ ਇਹਦੇ ਉੱਤੇ, ਠੀਕ ਹੈ ਜੀ। ਇਹਨੂੰ ਥੋੜ੍ਹੀ ਜਿਹੀ ਵਾਈਟਨੈਸ ਦਿੱਤੀ ਆ, ਥੋੜ੍ਹੀ ਜਿਹੀ ਸੈਚੂਰੇਸ਼ਨ ਦਿੱਤੀ ਆ, ਅਤੇ ਨਾਲ ਆਪਣਾ ਜਿਹੜਾ ਵਿਨਾਇਲ ਇਫੈਕਟ ਕਰੈਕਲ ਵਾਲੇ ਹੁੰਦੇ ਉਹ ਦਿੱਤੇ ਆ। ਇਫੈਕਟ੍ਰਿਕਸ ਦੇ ਵਿੱਚੋਂ ਮੈਂ ਆ ਥੋੜ੍ਹੇ ਜਿਹੇ ਸਕਰੈਚ ਲੂਪ ਅਤੇ ਸਟ੍ਰੈਚ ਦਾ ਇਫੈਕਟ ਦਿੱਤਾ, ਸੋਹਣਾ ਲੱਗਦਾ ਸੀ। ਉਸ ਤੋਂ ਬਾਅਦ ਫਾਈਨਲੀ ਕੰਪਰੈਸਰ, ਠੀਕ ਹੈ ਜੀ। ਅਤੇ ਹੁਣ ਆਪਾਂ ਇੱਥੇ ਆਪਾਂ ਮਤਲਬ ਸੇਮ ਸੈਂਪਲ ਆ ਜਿਹੜਾ ਉਹਦੀ ਸੇਮ ਹੀ ਪ੍ਰੋਸੈਸਿੰਗ ਕਰਾਂਗੇ। ਆਪਾਂ ਸਾਰਿਆਂ ਨੂੰ ਇੱਕ ਵਾਰੀ ਰਾਊਟ ਕਰ ਲੈਂਦੇ ਹਾਂ, ਜਿਵੇਂ ਆਹ ਸਿਤਾਰ ਹੋ ਗਈ ਆ, ਇਹਨੂੰ ਵੀ ਆਪਾਂ ਐਵੇਂ ਚੱਕ ਦਿੰਦੇ ਹਾਂ, ਇਹਨੂੰ ਵੀ ਆਪਾਂ ਕਰ ਦਿੰਦੇ ਹਾਂ ਇੱਕ ਦੇ ਵਿੱਚ। ਠੀਕ ਹੈ ਜੀ, ਸੋ ਉਹਦੇ ਨਾਲ ਕਲੀਨ ਹੋ ਗਈ ਆ, ਵਧੀਆ ਹੋ ਗਿਆ ਸਿਸਟਮ। ਅਤੇ ਇਹਦੇ ਨਾਲ ਹੁਣ ਆਪਾਂ ਕੀ ਕਰਾਂਗੇ, ਡਰਮਸ ਲੇਅਰ ਕਰਕੇ ਦੇਖਦੇ ਹਾਂ ਥੋੜ੍ਹੇ ਜਿਹੇ ਕੀ ਬਣਦਾ, ਕਿਉਂਕਿ ਮੈਨੂੰ ਨਹੀਂ ਪਤਾ ਵੀ ਹੁਣ ਬੀਟ ਕਿੱਧਰ ਨੂੰ ਜਾਣੀ ਹੈ ਕਿੱਧਰ ਨੂੰ ਨਹੀਂ, ਕਿਉਂਕਿ ਹਰੇਕ ਬੀਟ ਬਣਾਉਣ ਤੋਂ ਪਹਿਲਾਂ ਮੇਰਾ ਵਿਜ਼ਨ ਹੁੰਦਾ ਵੀ ਹਾਂ ਵੀ ਆਹ ਇੱਦਾਂ ਕਰਾਂਗੇ, ਆਹ ਇੱਦਾਂ ਕਰਾਂਗੇ। ਬਟ ਇਹਦੇ ਵਿੱਚ ਐਵੇਂ ਆ ਵੀ ਸੈਂਪਲ ਆ, ਹੁਣ ਸੈਂਪਲ ਅੱਗੇ ਜਾ ਕੇ ਟਵੀਕ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਸੋ ਆਪਾਂ ਵਧੀਆ ਜੇ ਡਰਮਸ ਸਿਲੈਕਟ ਕਰਦੇ ਹਾਂ ਅਤੇ ਮੈਂ ਤੁਹਾਨੂੰ ਮਿਲਦਾ ਡਰਮ ਸਿਲੈਕਟ ਕਰਨ ਤੋਂ ਬਾਅਦ। ਅਤੇ ਇੱਕ ਹੋਰ ਗੱਲ ਮੇਰੇ ਯਾਦ ਆਈ, ਡਰਮ ਸਿਲੈਕਟ ਕਰਨ ਤੋਂ ਪਹਿਲਾਂ ਆਪਾਂ BPM ਵੀ ਚੇਂਜ ਕਰਨਾ ਸੀ, ਕਿਉਂਕਿ ਆਪਾਂ ਬੂਮ ਬੈਪ ਬੀਟ ਬਣਾਉਣੀ ਆ, ਤਾਂ ਮੈਂ 140 ਤੋਂ 86 BPM ਕਰਤਾ ਅਤੇ ਇਹਨੂੰ ਸਟ੍ਰੈਚ ਕਰਤਾ ਆ। ਠੀਕ ਹੈ ਜੀ, ਸੋ ਹੁਣ ਇੱਥੇ ਮੈਂ ਉਹੀ ਡਰਮਸ ਲੱਭ ਕੇ ਤੁਹਾਨੂੰ ਮਿਲਦਾ ਵਾਪਸ। ਸੋ ਹਾਂਜੀ, ਥੋੜ੍ਹੀ ਜਿਹੀ ਮਿਹਨਤ ਮੁਸ਼ੱਕਤ ਤੋਂ ਬਾਅਦ ਆਪਾਂ ਆਹ ਡਰਮਸ ਦੇ ਨਾਲ ਆਏ ਹਾਂ, ਅਤੇ ਮੈਨੂੰ ਥੋੜ੍ਹੀ ਜਿਹੀ ਪ੍ਰੋਬਲਮ ਆਈ ਆ, ਮੈਂ ਆਪਾਂ ਇੱਥੇ ਡਿਸਕਸ ਕਰਕੇ ਇਹਨੂੰ ਸੋਲਵ ਕਰਦੇ ਹਾਂ। ਇੱਕ ਵਾਰੀ ਤੁਸੀਂ ਸੁਣੋ ਇਹ ਕਿਵੇਂ ਦਾ ਬਣਿਆ ਆ। ਸੋ ਮੈਨੂੰ ਇੱਕ ਬੰਨੇ ਸਿਤਾਰ ਤੇਜ਼ ਵੀ ਲੱਗੀ ਜਾਂਦੀ ਆ ਪਰ ਸੋਹਣੀ ਲੱਗਦੀ ਆ, ਤਾਂ ਮੈਂ ਹਾਫ ਟਾਈਮ ਅਪਲਾਈ ਕਰਕੇ ਦੇਖਿਆ ਇੱਦਾਂ ਦੀ ਲੱਗੀ ਸੀ। ਸੋ ਮੈਨੂੰ ਇਹ ਲੱਗਦਾ ਕਿ ਜੇ ਆਪਾਂ ਨੂੰ ਥੋੜ੍ਹੀ ਜਿਹੀ ਡਾਰਕ ਬੀਟ ਚਾਹੀਦੀ ਆ, ਆਪਾਂ ਇਹਨੂੰ ਹੀ ਐਵੇਂ ਰੱਖ ਕੇ ਨਾਲ ਇਹਦੇ ਕੁਛ ਸਟ੍ਰਿੰਗਸ ਜਾਂ ਪਿਆਨੋ ਵਗੈਰਾ ਲੇਅਰ ਕਰਾਂਗੇ, ਠੀਕ ਹੈ ਜੀ। ਸੋ ਹਾਫ ਟਾਈਮ ਨਾਲ ਥੋੜ੍ਹੇ ਜਿਹੇ ਪੰਗੇ ਲੈ ਕੇ ਵੇਖਦੇ ਹਾਂ ਵੀ ਉਹਨੇ ਇਹ ਬੀਟ ਨੂੰ ਕਿੱਦਾਂ ਇੰਟਰਪ੍ਰੇਟ ਕਰਨਾ ਆ, ਠੀਕ ਹੈ ਜੀ। ਸੋ ਇੱਕ ਵਾਰੀ ਮੈਂ ਤੁਹਾਨੂੰ ਦਿਖਾਉਣਾ ਆ ਵੀ ਮੈਂ ਹੁਣ ਇਹਦੇ ਅੰਦਰ ਕੀ ਕੀਤਾ ਆ। ਮੈਂ ਸਿੰਪਲੀ ਹਾਫ ਟਾਈਮ 'ਤੇ ਜਿਹੜਾ ਮਿਕਸ ਲੈਬਲ ਆ ਉਹਨੂੰ ਆਟੋਮੇਸ਼ਨ ਲਾਈ ਆ,
ਠੀਕ ਹੈ ਜੀ। ਸੋ ਫਿਲਹਾਲ ਦੀ ਘੜੀ ਮੈਨੂੰ ਪਤਾ ਇੰਨਾ ਵਧੀਆ ਨਹੀਂ ਲੱਗਦਾ ਪਿਆ, ਪਰ ਮੈਨੂੰ ਐਂ ਫੀਲ ਆਈ ਜਾਂਦਾ ਕਿ ਅੱਗੇ ਜਾ ਕੇ ਸੋਹਣਾ ਹੋ ਜੂਗਾ। ਸੋ ਇਹਦੇ ਨਾਲ ਜਿਹੜਾ ਅਲਾਪ ਆ, ਮੈਂ ਇੱਕ ਇਹਦਾ ਕੁਛ ਕਰਕੇ ਦੇਖਦਾ ਵੀ ਇਹ ਸੋਹਣਾ ਲੱਗੇ ਇਹਦੇ ਨਾਲ, ਠੀਕ ਹੈ ਜੀ। ਸੋ ਹਾਂਜੀ, ਉਹ ਵੋਕਲ ਦੇ ਨਾਲ ਆਪਾਂ ਕੀ ਕੀਤਾ, ਉਹਨੂੰ ਥੋੜ੍ਹਾ ਜਿਹਾ ਇੱਧਰ ਉੱਧਰ ਕਰਕੇ ਉਹਦੀ ਪਿੱਚ ਅਪ ਕੀਤੀ ਹੈ। ਇੱਕ ਵਾਰੀ ਸੁਣਿਓ। ਸੋ ਇਹਨੂੰ ਵੀ ਉਹੀ ਸੇਮ ਪ੍ਰੋਸੈਸ ਆ, ਆਪਾਂ ਥੋੜ੍ਹਾ ਬਹੁਤਾ ਈਕਿਊ ਲਾ ਕੇ ਇਹਨੂੰ ਕਲੀਨ ਕਰਾਂਗੇ। ਇੱਧਰੋਂ ਜ਼ਿਆਦਾ ਜਿਹੜੇ ਹਾਈਜ਼ ਆ ਉਹ ਕਲੀਨ ਕਰ ਦਾਂਗੇ, ਥੋੜ੍ਹੀ ਜਿਹੀ ਇਹਨੂੰ ਰਿਵਰਬ ਦੇ ਕੇ, ਅਤੇ ਇਹਨੂੰ ਮਤਲਬ ਥੋੜ੍ਹਾ ਜਿਹਾ ਪਿੱਛੇ ਰੱਖਾਂਗੇ, ਠੀਕ ਹੈ ਜੀ, ਤਾਂ ਕਿ ਪਿੱਛੇ ਪਿੱਛੇ ਸਾਊਂਡ ਕਰੇ। ਤੁਸੀਂ ਵੇਖਿਆ ਕਿ ਉਹ ਪਿੱਛੇ ਸਾਊਂਡ ਕਰੀ ਜਾਂਦਾ ਬਹੁਤ, ਪਰ ਜਿਹੜਾ ਸੋਹਣਾ ਉਹ ਟੈਕਸਚਰ ਦਿੰਦਾ ਪਿਆ ਆ। ਸੋ ਉਹਦੀ ਕਲੀਨਿੰਗ ਦੇ ਬਾਅਦ ਹੁਣ ਮੈਂ ਇਹਦਾ ਇੰਟਰੋ ਪਾਰਟ ਰੈਡੀ ਕਰਦਾ ਹਾਂ, ਥੋੜ੍ਹੀ ਬਹੁਤੀਆਂ ਕੋਰਡਸ, ਥੋੜ੍ਹੀਆਂ ਸਟ੍ਰਿੰਗਸ ਲਾਊਂਗਾ, ਤਾਂ ਤੁਹਾਨੂੰ ਬਾਅਦ 'ਚ ਮੈਂ ਐਕਸਪਲੇਨ ਕਰੂੰਗਾ ਵੀ ਮੈਂ ਸੈਂਪਲ ਦੇ ਅਕੋਰਡਿੰਗ ਕਿੱਦਾਂ ਸਾਰਾ ਕੁਛ ਲੇਅਰ ਕੀਤਾ, ਠੀਕ ਹੈ ਜੀ। ਸੋ ਹਾਂਜੀ, ਕਾਫੀ ਚਿਰ ਦੇ ਬਾਅਦ ਮੈਂ ਥੋੜ੍ਹੀ ਜਿਹੀ ਲੈਵਲਿੰਗ ਵੀ ਕੀਤੀ ਆ, ਬੀਟ ਵੀ ਬਣਾਈ ਆ ਪੂਰੀ, ਕਿਉਂਕਿ ਇਹ ਮੇਨਲੀ ਵੀਡੀਓ ਬੀਟ 'ਤੇ ਨਹੀਂ ਸੀ, ਤਾਂ ਕਰਕੇ ਮੈਂ ਤੁਹਾਨੂੰ ਥੋੜ੍ਹਾ ਬਹੁਤਾ ਦੱਸ ਦੂੰਗਾ ਵਿੱਚ, ਬਟ ਇੰਨਾ ਨਹੀਂ, ਕਿਉਂਕਿ ਵੀਡੀਓ ਬਹੁਤ ਲੰਬੀ ਹੋ ਗਈ ਹੈ, ਪਹਿਲਾਂ ਹੀ ਮੇਨਲੀ ਸੈਂਪਲਿੰਗ ਸੀਗੀ ਉਹ ਆਪਾਂ ਕਵਰ ਕਰ ਲਈ ਆ, ਅਤੇ ਥੋੜ੍ਹੀ ਬਹੁਤੀ ਲੈਵਲਿੰਗ ਕਰਕੇ ਮੈਂ ਥੋੜ੍ਹਾ ਜਿਹਾ ਮਾਸਟਰ ਕਰਕੇ, ਤੁਸੀਂ ਇੱਕ ਵਾਰੀ ਸੁਣੋ ਬੀਟ ਕਿਵੇਂ ਦੀ ਬਣੀ ਆ, ਅਤੇ ਮੈਨੂੰ ਦੱਸਿਓ ਕਮੈਂਟਾਂ 'ਚ ਲਾਈਕ ਕਰਕੇ, ਠੀਕ ਹੈ ਜੀ। ਸੋ ਠੀਕ ਹੈ ਜੀ, ਇਹ ਬੀਟ ਸੀਗੀ, ਇਹਦੇ ਵਿੱਚ ਮੈਂ ਜਿਹੜੇ ਤੁਹਾਨੂੰ ਦੱਸਿਆ ਸੀ ਪ੍ਰਕਸ਼ਨਸ, ਉਹੀ ਮੈਂ ਇੱਥੇ ਲਾਤੇ ਆ, ਜੇ ਤੁਸੀਂ ਪੂਰੀ ਵੀਡੀਓ ਦੇਖੀ ਆ। ਸੋ ਸਕਿੱਪ ਨਹੀਂ ਕੀਤੀ ਹੋਊਗੀ ਜਿਹਨੇ, ਉਹਨੂੰ ਤਾਂ ਅੱਜ ਪਤਾ ਲੱਗ ਗਿਆ ਵੀ ਸੈਂਪਲਿੰਗ ਕਿਵੇਂ ਹੋਣੀ ਆ, ਕੀ ਕੁਛ ਯੂਜ਼ ਹੋਣਾ ਆ, ਠੀਕ ਹੈ ਜੀ। ਅਤੇ ਇਹ ਆਪਣੀ ਵੀਡੀਓ ਸੀਗੀ ਅੱਜ, ਹੋਪ ਸੋ ਤੁਹਾਨੂੰ ਵਧੀਆ ਲੱਗੀ ਹੋਊਗੀ, ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਕਮੈਂਟ ਕਰਿਓ, ਜ਼ਰੂਰ ਦੱਸਿਓ ਕਿਵੇਂ ਦੀ ਲੱਗੀ, ਜੇ ਕੋਈ ਕੁਸ਼ਚਨ ਆ ਤਾਂ ਵੀ ਮੈਨੂੰ ਥੱਲੇ ਪੁੱਛ ਸਕਦੇ ਹੋ। ਤੁਸੀਂ ਗਾਣਾ ਬਣਵਾਉਣ ਦੇ ਲਈ ਤੁਸੀਂ ਮੈਨੂੰ ਮੇਰੇ ਇੰਸਟਾਗ੍ਰਾਮ 'ਤੇ ਕੰਟੈਕਟ ਕਰ ਸਕਦੇ ਹੋ, ਨੰਬਰ 'ਤੇ ਜਾਂ ਵਟਸਐਪ 'ਤੇ, ਨਹੀਂ ਤਾਂ ਕਮੈਂਟ ਦੇ ਵਿੱਚ ਦੱਸਿਓ, ਠੀਕ ਹੈ ਜੀ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ, ਉਦੋਂ ਤੱਕ ਸਿੱਖਦੇ ਰਹੋ, ਬਣਾਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ। Show your skill.